ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਹਨੀਮੂਨ ਦਾ ਸੰਕਲਪ ਵਿਆਹ ਨਾਲ ਜੁੜਿਆ ਹੁੰਦਾ ਹੈ। ਇਸ ਨਾਲ ਵਿਆਹ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਹਨੀ ਤੋਂ ਭਾਵ ਸ਼ਹਿਦ ਅਤੇ ਮੂਨ ਤੋਂ ਭਾਵ ਚੰਦਰਮਾ ਦੇ ਮਹੀਨੇ ਤੋਂ ਹੈ। ਯੂਰਪ ਵਿੱਚ ਨਵੇਂ ਵਿਆਹੇ ਜੋੜੇ ਨੂੰ ਫਲਾਂ ਦੀ ਬਣਾਈ ਵਾਈਨ ਵਿੱਚ ਸ਼ਹਿਦ ਘੋਲ ਕੇ ਪਿਲਾਇਆ ਜਾਂਦਾ ਹੈ। ਇਹ ਜੋੜਾ ਇੱਕ ਮਹੀਨੇ ਲਈ ਕਿਧਰੇ ਚਲਾ ਜਾਂਦਾ ਹੈ, ਜਿੱਥੇ ਇਹ ਦੋਵੇਂ ਵਿਆਹ ਦੀਆਂ ਨੀਹਾਂ ਭਰਦੇ ਹਨ। ਇਹ ਮਹੀਨਾ ਵਿਆਹ ਦੀਆਂ ਬੁਨਿਆਦਾਂ ਮਜ਼ਬੂਤ ਕਰਨ ਦਾ ਸਮਾਂ ਹੁੰਦਾ ਹੈ, ਜਿਸ ਕਰਕੇ ਇਸ ਨੂੰ ਯਾਦਗਾਰੀ ਅਤੇ ਸੁਨਹਿਰੀ ਸਮਾਂ ਕਹਿੰਦੇ ਹਨ ਅਤੇ ਇਸ ਦੌਰਾਨ ਦੋਹਾਂ ਨੂੰ ਇੱਕ ਦੂਜੇ ਦਾ ਮਹੱਤਵ ਪਤਾ ਲੱਗਦਾ ਹੈ। ਹਨੀਮੂਨ ਖੁਸ਼ੀਆਂ ਅਤੇ ਲਾਡ ਪਿਆਰ ਦਾ ਸਮਾਂ ਹੁੰਦਾ ਹੈ, ਜਿਸ ਕਾਰਨ ਇਸ ਨਾਲ ਕਈ ਲਤੀਫੇ ਜੁੜੇ ਹੋਏ ਹਨ। ਇੱਕ ਵਾਰੀ ਹਨੀਮੂਨ ਤੋਂ ਮੁੜੀ ਦੁਲਹਨ ਨੂੰ ਉਸਦੀ ਸਹੇਲੀ ਨੇ ਪੁੱਛਿਆ, ਹਨੀਮੂਨ ਦੌਰਾਨ ਤੂੰ ਕਿਹੜੇ ਕਿਹੜੇ ਕੱਪੜੇ ਪਾਏ? ਦੁਲਹਨ ਨੇ ਭੋਲੇਪਨ ਨਾਲ ਕਿਹਾ, ਕੱਪੜੇ ਪਾਉਣ ਦੀ ਤਾਂ ਲੋੜ ਹੀ ਨਹੀਂ ਪਈ। ਹਨੀਮੂਨ ਦੌਰਾਨ ਦੋਹਾਂ ਨੂੰ ਇੱਕ ਦੂਜੇ ਦੀ ਅਸਲ ਸ਼ਕਲ, ਅਕਲ, ਸੁਭਾਅ, ਵਿਹਾਰ, ਸਿਆਣਪ ਅਤੇ ਮੂਰਖਤਾ ਆਦਿ ਸਭ ਕੁਝ ਦਾ ਪਤਾ ਲੱਗ ਜਾਂਦਾ ਹੈ। ਵਿਆਹ ਕਰਵਾਓ ਨਾ ਕਰਵਾਓ, ਪਰ ਹਨੀਮੂਨ 'ਤੇ ਜ਼ਰੂਰ ਜਾਣਾ। ਮੱਧਕਾਲੀ ਯੂਰਪ ਵਿੱਚ ਘਰ ਵਿੱਚ ਪਿਤਾ ਪੁੱਤਰ ਨੂੰ ਅਤੇ ਮਗਰੋਂ ਧੀ ਨੂੰ ਵੀ ਹੱਥ ਮਿਲਾਉਣਾ ਸਿਖਾਉਂਦਾ ਸੀ। ਨਿੱਘੀ, ਮਜ਼ਬੂਤ, ਦ੍ਰਿੜ ਹੱਥ ਮਿਲਣੀ ਗੱਲਬਾਤ ਨੂੰ ਬਰਾਬਰੀ ਦੇ ਆਧਾਰ 'ਤੇ ਕਰਨ ਦੀ ਰਜ਼ਾਮੰਦੀ ਹੁੰਦੀ ਸੀ। ਉਸ ਸਮੇਂ ਹੱਥ ਮਿਲਣੀ ਦੀ ਛੋਹ ਨੂੰ ਸ਼ਬਦਾਂ ਨਾਲੋਂ ਵਧੇਰੇ ਯਾਦ ਕੀਤਾ ਜਾਂਦਾ ਸੀ। ਅਜੋਕੇ ਸਮਿਆਂ ਵਿੱਚ ਚੰਗੇ ਸਕੂਲਾਂ ਵਿੱਚ ਹੱਥ ਮਿਲਾਉਣਾ ਸਿਖਾਇਆ ਜਾਂਦਾ ਹੈ। ਇਹ ਇੱਕ ਬੜਾ ਜ਼ਰੂਰੀ ਕਾਰਜ ਸਮਝਿਆ ਜਾਂਦਾ ਹੈ। ਸਿਖਾਇਆ ਜਾਂਦਾ ਹੈ ਕਿ ਹੱਥ ਸੁੱਕਾ ਹੋਣਾ ਚਾਹੀਦਾ ਹੈ। ਕਿਸੇ ਨੂੰ ਮਿਲਣ ਜਾਂ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਹੱਥ ਧੋਣਾ ਲਾਜ਼ਮੀ ਹੁੰਦਾ ਹੈ। ਦੂਜੇ ਦੇ ਪੂਰੇ ਹੱਥ ਨੂੰ ਆਪਣੇ ਹੱਥ ਵਿੱਚ ਲਓ, ਅੱਖ ਨਾਲ ਅੱਖ ਮਿਲਾਓ ਅਤੇ ਮੁਸਕਰਾਓ। ਮੁਸਕਰਾਹਟ ਪ੍ਰਵਾਨਗੀ ਦੀ ਨਿਸ਼ਾਨੀ ਹੁੰਦੀ ਹੈ। ਪਕੜ ਮਜ਼ਬੂਤ ਅਤੇ ਨਿੱਘੀ ਹੋਣੀ ਚਾਹੀਦੀ ਹੈ, ਨਿਰਜਿੰਦ ਜਿਹੀ ਨਹੀਂ, ਦਰਦ ਦੇਣ ਵਾਲੀ ਸਖਤ ਨਹੀਂ। ਅੱਖ ਨਾਲ ਅੱਖ ਮਿਲਾਉਣ ਨਾਲ ਇੱਕ ਦੀ ਊਰਜਾ ਦੂਜੇ ਵਿੱਚ ਪ੍ਰਵੇਸ਼ ਕਰਦੀ ਹੈ, ਜਿਸ ਨੂੰ ਤੁਹਾਡੇ ਤੋਂ ਲਾਭ ਹੋਣਾ ਹੁੰਦਾ ਹੈ। ਉਹ ਇੱਕ ਦੋ ਸਕਿੰਟ ਵਧੇਰੇ ਹੱਥ ਨੂੰ ਫੜ ਕੇ ਰੱਖੇਗਾ। ਜਿਤਨਾ ਚਿਰ ਹੱਥ ਦੂਜੇ ਦੇ ਹੱਥ ਵਿੱਚ ਰਹਿੰਦਾ ਹੈ, ਕਿਸੇ ਹੋਰ ਪਾਸੇ ਧਿਆਨ ਨਹੀਂ ਦੇਣਾ। ਇਸਤਰੀ ਨਾਲ ਪੁਰਸ਼ ਨੇ ਹੱਥ ਇਵੇਂ ਮਿਲਾਉਣਾ ਹੁੰਦਾ ਹੈ ਕਿ ਇਸਤਰੀ ਦੇ ਹੱਥ ਨੂੰ ਸੁੱਖ ਮਿਲੇ। ਹੱਥ ਛੱਡਣ ਤੋਂ ਪਹਿਲਾਂ ਹੀ ਗੱਲਬਾਤ ਆਰੰਭ ਹੋ ਜਾਂਦੀ ਹੈ, ਜਿਵੇਂ ਬੜੀ ਕਿਰਪਾ ਕੀਤੀ, ਤੁਸੀਂ ਬੜੀ ਦੇਰ ਤੋਂ ਉਡੀਕ ਸੀ ਤੁਹਾਡੀ। ਜਦੋਂ ਕਿਸੇ ਸੁੰਦਰ ਇਸਤਰੀ ਨਾਲ ਕਈ ਪੁਰਸ਼ ਵਿਆਹ ਕਰਾਉਣਾ ਚਾਹੁੰਦੇ ਹੋਣ ਅਤੇ ਉਹ ਇਸਤਰੀ ਕਿਸੇ ਸਧਾਰਨ ਗੁੰਮਨਾਮ ਵਿਅਕਤੀ ਨਾਲ ਵਿਆਹ ਕਰਵਾ ਲਵੇ, ਤਾਂ ਉਹ ਸਾਰੇ ਪੁਰਸ਼ ਉਸ ਇਸਤਰੀ ਦੇ ਪਤੀ ਬਾਰੇ ਨਹੀਂ ਸੋਚਦੇ, ਆਪਣੇ ਆਪ ਬਾਰੇ ਪੁਨਰ ਵਿਚਾਰ ਅਤੇ ਆਪਣਾ ਪੁਨਰ ਮੁਲਾਂਕਣ ਕਰਦੇ ਹਨ। ਇੱਕ ਵਾਰੀ ਅਦਾਲਤ ਵਿੱਚ ਅਜਿਹਾ ਮੁਕੱਦਮਾ ਆਇਆ ਜਿਸ ਵਿੱਚ ਝਗੜਾ ਇੱਕ ਵਸੀਅਤ ਦਾ ਸੀ। ਮੁਦਈ ਨੇ ਦੋਸ਼ ਲਾਇਆ ਸੀ ਕਿ ਵਸੀਅਤ ਉੱਤੇ ਦਸਤਖਤ ਕਰਨ ਵਾਲੇ ਨੇ ਆਪਣੇ ਜਾਅਲੀ ਦਸਤਖਤ ਕੀਤੇ ਸਨ। ਜੱਜ ਨੇ ਦੋਸ਼ ਲਾਉਣ ਵਾਲੇ ਨੂੰ ਕਾਗਜ਼ ਕਲਮ ਦੇ ਕੇ ਕਿਹਾ, ਇਸ ਉੱਤੇ ਤੁਸੀਂ ਆਪਣੇ ਜਾਅਲੀ ਦਸਤਖਤ ਕਰਕੇ ਵਿਖਾਓ। ਮੁਦਈ ਨੇ ਦਸਤਖਤ ਕਰ ਦਿੱਤੇ। ਜੱਜ ਨੇ ਕਿਹਾ, ਤੁਸੀਂ ਮੇਰੇ ਸਾਹਮਣੇ ਦਸਤਖਤ ਕੀਤੇ ਹਨ, ਕੀ ਇਹ ਜਾਅਲੀ ਹੋ ਸਕਦੇ ਹਨ? ਦੋਸ਼ ਲਾਉਣ ਵਾਲਾ ਚੁੱਪ ਰਿਹਾ ਅਤੇ ਜੱਜ ਨੇ ਮੁਕੱਦਮਾ ਖਾਰਜ ਕਰ ਦਿੱਤਾ। ਕਈ ਵਿਅਕਤੀ ਕੇਵਲ ਢੁੱਚਰੀ ਅਤੇ ਵਿਘਨ ਪਾਊ ਮੁਕੱਦਮੇ ਕਰਦੇ ਹਨ। ਇੱਕ ਬਾਦਸ਼ਾਹ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਦੀ ਸ਼ਕਲ ਬਾਦਸ਼ਾਹ ਨਾਲ ਪੂਰੀ ਤਰ੍ਹਾਂ ਮਿਲਦੀ ਹੈ ਅਤੇ ਇਸ ਕਾਰਨ ਵਿਦੇਸ਼ੀ ਜਾਸੂਸ ਨਜਾਇਜ਼ ਲਾਭ ਉਠਾ ਸਕਦੇ ਸਨ। ਬਾਦਸ਼ਾਹ ਨੇ ਉਸ ਵਿਅਕਤੀ ਨੂੰ ਬੁਲਾ ਭੇਜਿਆ। ਸ਼ਕਲ ਮਿਲਦੀ ਸੀ। ਬਾਦਸ਼ਾਹ ਨੇ ਉਸ ਵਿਅਕਤੀ ਨੂੰ ਪੁੱਛਿਆ, ਤੇਰੀ ਮਾਂ ਨੇ ਕਦੇ ਮਹਿਲ ਵਿੱਚ ਨੌਕਰੀ ਕੀਤੀ ਸੀ? ਹਮਸ਼ਕਲ ਵਿਅਕਤੀ ਚੁੱਪ ਰਿਹਾ। ਦੁਬਾਰਾ ਪੁੱਛਣ 'ਤੇ ਉਸਨੇ ਕਿਹਾ, ਮੇਰੇ ਪਿਤਾ ਨੇ ਕੀਤੀ ਸੀ। ਨਾਵਲਕਾਰ ਫਕਨਰ ਨੇ ਨਾਵਲਾਂ ਲਈ ਸਮੱਗਰੀ ਇਕੱਤਰ ਕਰਨ ਵਾਸਤੇ ਇਸਤਰੀਆਂ ਦੇਹ ਵਪਾਰ ਵਾਲੇ ਇੱਕ ਅਦਾਰੇ ਵਿੱਚ ਪ੍ਰਬੰਧਕ ਦੀ ਨੌਕਰੀ ਕੀਤੀ ਸੀ। ਇਹਨਾਂ ਚੱਕਲਿਆਂ ਦਾ ਪੱਧਰ ਬੜੇ ਸੱਭਿਅਕ ਢੰਗ ਦੇ ਮਹਿਮਾਨ ਘਰਾਂ ਵਾਲਾ ਹੁੰਦਾ ਸੀ। ਸਵੇਰ ਵੇਲੇ ਉਹ ਚੱਕਲੇ ਦੀਆਂ ਔਰਤਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਆਪਣੇ ਵਿਹਾਰ ਅਤੇ ਉਹਨਾਂ ਦੇ ਗਾਹਕਾਂ ਦੇ ਪਿਛੋਕੜ ਅਤੇ ਵਿਹਾਰ ਬਾਰੇ ਵੇਰਵੇ ਸੁਣਦਾ ਸੀ। ਕਈ ਵੇਸਵਾਵਾਂ ਦੀ ਲੰਮੀ ਅਤੇ ਦਿਲਚਸਪ ਕਹਾਣੀ ਹੁੰਦੀ ਸੀ। ਉਸ ਤੋਂ ਉਹਨਾਂ ਦੇ ਪਰਿਵਾਰ ਅਤੇ ਵੇਸਵਾ ਬਣਨ ਦੀ ਪ੍ਰਕਿਰਿਆ ਦਾ ਪਤਾ ਲੱਗਦਾ ਸੀ। ਉਹਨਾਂ ਦੀ ਗੱਲਬਾਤ ਤੋਂ
उन्हां दी शकल सूरत चज अचार चलाकियां चुस्तियां गाहकां दीआं मंगां तरजीहां दा पता लगदा सी। उन्हां दे ढंगां तरीकियां नूं ओह बड़ी दिलचस्पी नाल सुणदा सी। इवें फाकनर नूं लिखण लई बने बनाए नावल अते कहानियां मिल जांदियां सन। इस चकले विच प्राप्त किते अनुभवां दे आधारित फाकनर दी राय सी कि पुरशां दे विहार बारे जितने दिलचस्प वेरवे वेशवावां कोल हुंदे हन किसी होर कोल नहीं हुंदे। साडियां प्राप्तियां उच्चियां ना होण दा इक कारण इह हुंदा है कि उच्चियां प्राप्तियां लई जिहड़ियां नीवियां प्राप्तियां त्यागणियां हुंदियां हन उह असीं त्यागदे नहीं। जजां दे रीडरां विच वकील बनन दी योग्यता हुंदी है अते उहनां ने वकालत दी पढ़ाई भी कीती हुंदी है अते उह मुकदमें अते अदालती कारवाइयां दे भी माहिर हुंदे हन, पर उह निक्कियां निक्कियां रिश्वतां दा लालच त्याग नहीं सकदे। यूनानी सुंदरता दे मतवाले सन, उन्हां दी उदासी भी सोहनी अते सुनहरी हुंदी सी। उन्हां दे रोण विरलाप विच भी लय ताल हुंदी सी अते होंकियां विच भी सलीका सी। उन्हां दी तकनी भी कूलापन सी। उन्हां दे दुखांत नाटक भी सुंदरता दे लखायक सन। उन्हां दे चित्रां विच जवानां नूं युद्ध दे मैदान विच जां खेड दे मैदान विच विखाया जांदा सी। योधियां दे मरण ते रोणा मना सी। ढाडी उन्हां दीआं वारां गाउंदे सन। ਉਹ ਸੰਜਮੀ ਸਨ। ਉਹ ਅੱਤ ਨੂੰ ਪਸੰਦ ਨਹੀਂ ਸਨ ਕਰਦੇ, ਨਾ ਸੁੰਦਰਤਾ ਵਿੱਚ, ਨਾ ਤਰਕ ਵਿੱਚ, ਨਾ ਧਰਮ ਵਿੱਚ, ਨਾ ਵਿਸ਼ਵਾਸ ਵਿੱਚ। ਉਹਨਾਂ ਦੇ ਯੁੱਧ ਆਪਣੇ ਸੱਭਿਆਚਾਰ ਅਤੇ ਸੋਹਜ ਦੀ ਰੱਖਿਆ ਲਈ ਸਨ। ਉਹਨਾਂ ਨੇ ਸਦੀਆਂ ਦੇ ਅਨੁਭਵ ਅਤੇ ਸੋਚਾਂ ਉਪਰੰਤ ਨਿਆਂ ਦੇ ਪੈਮਾਨੇ ਸਥਾਪਿਤ ਕੀਤੇ ਸਨ। ਆਪਣੇ 'ਤੇ ਚੱਲੇ ਮੁਕੱਦਮੇ ਦੌਰਾਨ ਸੁਕਰਾਤ ਨੇ ਕਿਹਾ ਸੀ, ਇੱਕ ਗੱਲ ਜਿਸ ਵਿੱਚ ਮੈਂ ਤੁਹਾਡੇ ਸਾਰਿਆਂ ਨਾਲੋਂ ਉੱਚਾ ਹਾਂ, ਉਹ ਇਹ ਹੈ ਕਿ ਜੋ ਮੈਂ ਨਹੀਂ ਜਾਣਦਾ ਉਹ ਤੁਹਾਡੇ ਵਾਂਗ ਜਾਣਨ ਦਾ ਦਾਅਵਾ ਨਹੀਂ ਕਰਦਾ। ਇੱਕ ਚੀਨੀ ਸੰਤ ਮਰਨ ਕਿਨਾਰੇ ਸੀ। ਸ਼ਰਧਾਲੂਆਂ ਨੇ ਕਿਹਾ, ਕੁਝ ਕਹੋ, ਦੱਸੋ। ਸੰਤ ਨੇ ਮੂੰਹ ਖੋਲ੍ਹਿਆ, ਕਿਹਾ, ਦੰਦ ਗਿਣੋ। ਸ਼ਰਧਾਲੂਆਂ ਨੇ ਕਿਹਾ, ਦੰਦ ਤਾਂ ਇੱਕ ਵੀ ਨਹੀਂ। ਮੂੰਹ ਫਿਰ ਖੋਲ੍ਹਿਆ, ਕਿਹਾ, ਵੇਖੋ, ਜੀਵ ਹੈ? ਹਾਂ, ਹੈ। ਸੰਤ ਨੇ ਕਿਹਾ, ਜੀਵ ਜਨਮ ਵੇਲੇ ਵੀ ਸੀ, ਇਹ ਮਰਨ ਤੱਕ ਰਹਿੰਦੀ ਹੈ। ਦੰਦ ਜਨਮ ਤੋਂ ਮਗਰੋਂ ਆਉਂਦੇ ਹਨ, ਮਰਨ ਤੋਂ ਪਹਿਲਾਂ ਚਲੇ ਜਾਂਦੇ ਹਨ। ਕਾਰਨ ਇਹ ਹੈ ਕਿ ਦੰਦ ਸਖਤ ਹੁੰਦੇ ਹਨ, ਜੀਭ ਨਰਮ ਹੁੰਦੀ ਹੈ। ਜੀਭ ਵਰਗੇ ਨਰਮ ਬਣੋ, ਸਖਤ ਹੋਵੋਗੇ, ਦੰਦਾਂ ਵਾਂਗ ਪੁੱਟੇ ਜਾਵੋਗੇ। ਸਕੂਲਾਂ ਕਾਲਜਾਂ ਦੇ ਅਧਿਆਪਕਾਂ ਕੋਲ ਗਿਆਨ ਹੁੰਦਾ ਹੈ, ਪਰ ਇਹ ਅਮੀਰ ਨਹੀਂ ਹੁੰਦੇ, ਕਿਉਂਕਿ ਉਦੇਸ਼ ਅਮੀਰ ਹੋਣਾ ਹੁੰਦਾ ਹੀ ਨਹੀਂ। ਅਰਥਸ਼ਾਸਤਰੀ ਅਮੀਰੀ ਅਤੇ ਗਰੀਬੀ ਦੇ ਢੰਗ ਤਰੀਕੇ ਪੜ੍ਹਾਉਂਦੇ ਹਨ, ਪਰ ਗਿਆਨ ਸਿਧਾਂਤਕ ਹੋਣ ਕਰਕੇ ਆਪ ਅਮੀਰ ਨਹੀਂ ਹੁੰਦੇ। ਬੈਂਕਾਂ ਵਿੱਚ ਲੱਗੇ ਸਧਾਰਨ ਕਲਰਕ ਵੀ ਅਮੀਰ ਹੋ ਜਾਂਦੇ ਹਨ। ਉਹਨਾਂ ਦਾ ਵਾਹ ਅਮੀਰਾਂ ਨਾਲ ਪੈਂਦਾ ਹੈ। ਉਹ ਅਮੀਰਾਂ ਦੀਆਂ ਆਦਤਾਂ ਜਾਣਦੇ ਹਨ। ਜ਼ਿੰਦਗੀ ਮੁਸ਼ਕਲਾਂ ਰਾਹੀਂ ਸਿਖਾਉਂਦੀ ਹੈ। ਹਰ ਮੁਸ਼ਕਲ ਕਹਿੰਦੀ ਹੈ, ਜਾਗੋ, ਕੁਝ ਸਿੱਖੋ, ਕੁਝ ਕਰੋ। ਕੁਝ ਹੀ ਜਾਗਦੇ ਹਨ, ਬਹੁਤੇ ਸੁੱਤੇ ਰਹਿੰਦੇ ਹਨ। ਬੈਂਕਾਂ ਵਿੱਚ ਜਾਗੇ ਹੋਏ ਪੈਸੇ ਜਮ੍ਹਾਂ ਕਰਵਾਉਣ ਆਉਂਦੇ ਹਨ, ਸੁੱਤੇ ਹੋਏ ਕਰਜ਼ਾ ਮੰਗਣ ਆਉਂਦੇ ਹਨ। ਅਗਰ ਤੁਸੀਂ ਇਸ ਕਿਤਾਬ ਨੂੰ ਔਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।